ਦਿਦਾਰ ਸੰਧੂ ਪੰਜਾਬੀ ਦੁਗਾਣਾ ਗਾਇਕੀ ਦਾ ਉਹ ਥੰਬ ਜਿਨ੍ਹਾਂ ਦੇ ਗੀਤ ਵੀ ਉਹਨਾਂ ਦੇ ਨਾਲ ਮਰੋ ਗਏ, ਪਰ ਸ਼ਰਾਬ ਪੀਣ ਦੀ ਮਾੜੀ ਆਦਤ ਕਰਕੇ ਸਿਰਫ 48 ਸਾਲ ਦੀ ਉਮਰ 'ਚ ਹੀ ਇਸ ਦੁਨੀਆ ਤੋਂ ਅਕਾਲ ਚਲਾਣਾ ਕਰ ਗਏ ਅਤੇ ਅੱਜ ਦਿਦਾਰ ਸੰਧੂ ਬਾਰੇ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ। ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਹੈ ਗਗਨਦੀਪ ਅਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਮੂਵੀਜ਼ ਅੱਡਾ ਯੂਟਿਊਬ ਚੈਨਲ। ਅੱਜ ਦੀ ਵੀਡੀਓ 'ਚ ਜਾਣਾਂਗੇ ਦਿਦਾਰ ਸੰਧੂ ਜੀ ਦੇ ਜੀਵਨ ਬਾਰੇ ਕੁਝ ਇੰਟਰਸਟਿੰਗ ਜਾਣਕਾਰੀ ਅਤੇ ਕਿਵੇਂ ਗੀਤਕਾਰੀ ਤੋਂ ਸ਼ੁਰੂਆਤ ਕੀਤੀ ਅਤੇ ਗਾਇਕੀ ਦੇ ਖੇਤਰ ਦਾ ਵੱਡਾ ਨਾਮ ਬਣੇ। ਸੋ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਅਤੇ ਨਾਲ ਹੀ ਦਿਦਾਰ ਸੰਧੂ ਦੇ ਕਿਹੜੇ ਕਿਹੜੇ ਗੀਤ ਤੁਸੀਂ ਅੱਜ ਵੀ ਸੁਣਦੇ ਹੋ ਕਮੈਂਟ ਰਾਹੀਂ ਜ਼ਰੂਰ ਦੱਸਿਓ। ਅਸੀਂ ਮਸ਼ਹੂਰ ਲੋਕਾਂ ਅਤੇ ਸਿਤਾਰਿਆਂ ਬਾਰੇ ਇੰਟਰਸਟਿੰਗ ਜਾਣਕਾਰੀ ਅਤੇ ਉਹਨਾਂ ਦੀ ਬਾਇਓਗ੍ਰਾਫੀਜ਼ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਹਾਂ। ਤੁਸੀਂ ਉੱਪਰ ਦਿੱਤੇ ਆਈ ਬਟਨ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਦਿਦਾਰ ਸੰਧੂ ਦਾ ਜਨਮ 3 ਜੁਲਾਈ 1942 ਨੂੰ ਪਾਕਿਸਤਾਨ ਦੇ ਸਰਗੋਦਾ ਜ਼ਿਲ੍ਹੇ 'ਚ ਹੋਇਆ। ਪਿਤਾ ਦਾ ਨਾਮ ਸੀ ਸਰਦਾਰ ਸਮੰਦ ਸਿੰਘ ਅਤੇ ਮਾਤਾ ਦਾ ਨਾਮ ਸੀ ਦਾਨ ਕੌਰ। ਪਰਿਵਾਰ 'ਚ 4 ਭਰਾਵਾਂ 'ਚੋਂ ਦਿਦਾਰ ਸਭ ਤੋਂ ਛੋਟੇ ਸੀ। 1947 ਦੀ ਵੰਡ ਤੋਂ ਬਾਅਦ ਉਹਨਾਂ ਦਾ ਸਾਰਾ ਪਰਿਵਾਰ ਜਗਰਾਉਂ ਦੇ ਪਿੰਡ ਬੋਧਵਾਲ 'ਚ ਆ ਕੇ ਵੱਸ ਗਿਆ ਅਤੇ ਸਾਲ 1956 'ਚ ਪਰਿਵਾਰ ਬੋਧਵਾਲ ਤੋਂ ਲੁਧਿਆਣਾ ਦੇ ਭਰੋਵਾਲ ਖੁਰਦ ਪਿੰਡ ਆ ਕੇ ਵਸਿਆ। ਪੜ੍ਹਾਈ ਦੀ ਗੱਲ ਕਰੀਏ ਤਾਂ ਦਿਦਾਰ ਸੰਧੂ ਨੇ 7ਵੇਂ ਤੱਕ ਦੀ ਪੜ੍ਹਾਈ ਜਗਰਾਉਂ ਦੇ ਸਰਕਾਰੀ ਸਕੂਲ ਤੋਂ ਕੀਤੀ ਅਤੇ ਫਿਰ ਮੈਟ੍ਰਿਕ ਦੀ ਪੜ੍ਹਾਈ ਸਰਕਾਰੀ ਸਕੂਲ ਬਰਸਾਲਾਂ ਤੋਂ ਕੀਤੀ। ਪੜ੍ਹਾਈ ਪੂਰੀ ਕਰਨ ਮਗਰੋਂ ਸਾਲ 1962 'ਚ ਉਹਨਾਂ ਨੂੰ ਪੰਜਾਬ ਲੋਕ ਸੰਪਰਕ ਵਿਭਾਗ 'ਚ ਨੌਕਰੀ ਮਿਲ ਗਈ। ਪਰਸਨਲ ਲਾਈਫ 'ਤੇ ਨਜ਼ਰ ਮਾਰੀਏ ਤਾਂ ਸਾਲ 1966 'ਚ ਦਿਦਾਰ ਸੰਧੂ ਦਾ ਵਿਆਹ ਹੋਇਆ ਅਮਰਜੀਤ ਕੌਰ ਦੇ ਨਾਲ। ਵਿਆਹ ਤੋਂ ਬਾਅਦ ਘਰ 'ਚ 2 ਬੱਚਿਆਂ ਦਾ ਜਨਮ ਹੋਇਆ। ਉਹਨਾਂ ਦਾ ਬੇਟਾ ਜਗਮੋਹਨ ਸੰਧੂ ਵੀ ਇੱਕ ਵਧੀਆ ਗਾਇਕ ਹੈ। ਪਿੰਡ ਭਰੋਵਾਲ ਖੁਰ 'ਚ ਰਹਿਣ ਦੇ ਦੌਰਾਨ ਦਿਦਾਰ ਉਸ ਪਿੰਡ ਦੇ ਕਰੀਬ 15 ਸਾਲਾਂ ਤੱਕ ਸਰਪੰਚ ਵੀ ਰਹੇ। ਦਿਦਾਰ ਸੰਧੂ ਦੇ ਲਿਖਣ ਅਤੇ ਗਾਇਕੀ ਦੇ ਸ਼ੌਂਕ ਦੀ ਗੱਲ ਕਰੀਏ ਤਾਂ ਸਕੂਲ 'ਚ ਪੜ੍ਹਨ ਸਮੇਂ ਦੌਰਾਨ ਤੋਂ ਹੀ ਦਿਦਾਰ ਨੂੰ ਲਿਖਣ ਦਾ ਬਹੁਤ ਸ਼ੌਂਕ ਸੀ ਅਤੇ ਅਕਸਰ ਕਵਿਤਾਵਾਂ ਲਿਖਦੇ। ਲੋਕ ਸੰਪਰਕ ਵਿਭਾਗ 'ਚ ਨੌਕਰੀ ਕਰਨ ਦੇ ਦੌਰਾਨ ਹੀ ਦਿਦਾਰ ਸੰਧੂ ਦਾ ਮੇਲ ਹੋਇਆ ਮੁਹੰਮਦ ਸਦੀਕ ਦੇ ਨਾਲ। ਉਹਨਾਂ ਦਾ ਲਿਖਿਆ ਪਹਿਲਾ ਗੀਤ ਸੀ ਜੱਟ ਬੜਾ ਬੇਦਰਦੀ ਸੀ, ਜਿਸ ਨੂੰ ਨਰਿੰਦਰ ਬੀਬਾ ਜਿਹੀ ਮਹਾਨ ਗਾਇਕਾ ਨੇ ਆਪਣੀ ਆਵਾਜ਼ ਦਿੱਤੀ। ਮੁਹੰਮਦ ਸਦੀਕ ਨੂੰ ਵੀ ਦਿਦਾਰ ਸੰਧੂ ਦੇ ਲਿਖੇ ਗੀਤ ਬਹੁਤ ਪਸੰਦ ਆਏ ਅਤੇ ਸਦੀਕ ਨੇ ਕਈ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਜੋ ਕਿ ਬਹੁਤ ਹੀ ਹਿੱਟ ਹੋਏ, ਜਿਸ ਨਾਲ ਦਿਦਾਰ ਸੰਧੂ ਦਾ ਨਾਮ ਇੱਕ ਉੱਗੇ ਹੋਏ ਗੀਤਕਾਰ ਦੇ ਵਜੋਂ ਜਾਣਿਆ ਜਾਣ ਲੱਗਾ। ਨਰਿੰਦਰ ਬੀਬਾ ਅਤੇ ਮੁਹੰਮਦ ਸਦੀਕ ਤੋਂ ਇਲਾਵਾ ਰਣਜੀਤ ਕੌਰ, ਬੀਰ ਚੰਦ, ਸੁਰਿੰਦਰ ਕੌਰ, ਰਮੇਸ਼ ਰੰਗੀਲਾ ਅਤੇ ਕਰਨੈਲ ਗਿੱਲ ਜਿਹੇ ਗਾਇਕਾਂ ਨੇ ਉਹਨਾਂ ਦੇ ਲਿਖੇ ਗੀਤ ਗਾਏ। ਫਿਰ ਦਿਦਾਰ ਸੰਧੂ ਨੇ ਮੁਹੰਮਦ ਸਦੀਕ ਤੋਂ ਗਾਇਕੀ ਦੀਆਂ ਬਾਰੀਕੀਆਂ ਸਿੱਖਦੇ ਹੋਏ ਉਹਨਾਂ ਦੀਆਂ ਸਟੇਜਾਂ ਤੋਂ ਗਾਉਣਾ ਸ਼ੁਰੂ ਕੀਤਾ ਅਤੇ ਗੀਤਕਾਰੀ ਤੋਂ ਬਾਅਦ ਗਾਇਕੀ ਦੇ ਖੇਤਰ 'ਚ ਵੀ ਉਤਰ ਆਏ। ਹੌਲੀ ਹੌਲੀ ਆਪਣੀ ਪਹਿਚਾਣ ਬਣਾਉਂਦੇ ਹੋਏ ਦਿਦਾਰ ਸੰਧੂ ਨੇ ਦੁਗਾਣਾ ਗਾਇਕੀ ਦੇ ਵਿੱਚ ਆਪਣੇ ਆਪ ਨੂੰ ਸਾਬਿਤ ਕੀਤਾ। ਗੀਤਕਾਰ ਦੇ ਤੌਰ 'ਤੇ ਦਿਦਾਰ ਸੰਧੂ ਹਿੱਟ ਹੋ ਚੁੱਕੇ ਸੀ, ਪਰ ਗਾਇਕੀ ਦੇ ਖੇਤਰ 'ਚ ਉਹਨਾਂ ਦੀ ਪਹਿਚਾਣ ਬਣੀ ਗੀਤ ਪਿੰਡ ਦੇ ਮੁੰਡਿਆਂ ਨੂੰ ਸਾਨੂੰ ਦੇਖ ਨੀਂਦ ਨਾ ਆਵੇ। ਇਸ ਗੀਤ 'ਚ ਦਿਦਾਰ ਦਾ ਸਾਥ ਦਿੱਤਾ ਸੀ ਸਨੇਹ ਲਤਾ ਨੇ। ਫਿਰ ਦਿਦਾਰ ਦਾ ਗੀਤ ਆਇਆ ਬੰਦ ਪਿਆ ਦਰਵਾਜ਼ਾ। ਇਹ ਗੀਤ ਬਹੁਤ ਵੱਡਾ ਹਿੱਟ ਹੋਇਆ, ਜਿਸ ਨਾਲ ਹਰ ਕਿਸੇ ਦੇ ਮੂੰਹ 'ਤੇ ਦਿਦਾਰ ਸੰਧੂ ਦਾ ਨਾਮ ਆ ਗਿਆ। ਦਿਦਾਰ ਸੰਧੂ ਨੇ ਕਈ ਸੁਪਰਹਿੱਟ ਪੰਜਾਬੀ ਗਾਇਕਾਵਾਂ ਦੇ ਨਾਲ ਗਾਇਆ, ਜਿਵੇਂ ਕਿ ਸਨੇਹ ਲਤਾ, ਕੁਲਦੀਪ ਕੌਰ, ਪਰਮਿੰਦਰ ਸੰਧੂ, ਬਲਜੀਤ ਬਾਲੀ ਅਤੇ ਪੰਜਾਬੀ ਫਿਲਮਾਂ ਦੀ ਹੀਰੋਇਨ ਰਮਾ ਵਿਜ ਨੇ ਵੀ ਉਹਨਾਂ ਦਾ ਸਟੇਜ 'ਤੇ ਸਾਥ ਦਿੱਤਾ। 1980 ਤੋਂ ਲੈ ਕੇ 1982 ਤੱਕ ਦਿਦਾਰ ਸੰਧੂ ਨੇ ਕਰੀਬ 20 ਦੁਗਾਣਾ ਗਾਣੇ ਗਾਏ, ਜਿਨ੍ਹਾਂ 'ਚ ਉਹਨਾਂ ਦੀ ਜੋੜੀ ਸੀ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੇ ਨਾਲ ਅਤੇ ਫਿਰ ਜੋੜੀ ਬਣੀ ਅਮਰ ਨੂਰੀ ਦੇ ਨਾਲ। ਇਸ ਜੋੜੀ ਦੇ ਗਾਏ ਗੀਤ ਬਹੁਤ ਹੀ ਮਕਬੂਲ ਹੋਏ ਅਤੇ ਇਹ ਜੋੜੀ ਇੰਨੀ ਹਿੱਟ ਹੋਈ ਕਿ ਇਸ ਜੋੜੀ ਦਾ ਪੰਜਾਬੀ ਫਿਲਮ ਗੱਭਰੂ ਪੰਜਾਬ ਦਾ 'ਚ ਅਖਾੜਾ ਲਵਾਇਆ ਗਿਆ, ਅਖਾੜਾ ਸੰਧੂ ਅਤੇ ਨੂਰੀ। ਦਿਦਾਰ ਸੰਧੂ ਦੇ ਵੱਲੋਂ ਗਾਏ ਸਾਰੇ ਗੀਤ ਵੈਸੇ ਤਾਂ ਸੁਪਰਹਿੱਟ ਰਹੇ ਨੇ, ਪਰ ਜੇ ਕੁਝ ਗੀਤਾਂ ਦੇ ਨਾਮ ਲਈਏ ਤਾਂ ਫਾਟਕ ਕੋਟਕਪੁਰੇ ਦਾ, ਨਾ ਮਾਰ ਜ਼ਾਲਮਾਂ ਵੇ, ਪੇਕੇ ਤਤੜੀ ਦੇ ਦੂਰ, ਜੋੜੀ ਜਦੋਂ ਚੁਬਾਰੇ ਚੜ੍ਹਦੀ, ਮੇਰੀ ਮਾਹੀ ਮਾਹੀ ਕਹਿੰਦੀ ਦੀ ਜ਼ੁਬਾਨ ਸੁੱਕ ਗਈ, ਮਾਹੀ ਵੇ ਮਾਹੀ ਅਤੇ ਕਈ ਹੋਰ ਗੀਤ ਨੇ ਜੋ ਸੁਪਰਹਿੱਟ ਰਹੇ ਅਤੇ ਅੱਜ ਵੀ ਸੁਣੇ ਜਾਂਦੇ ਨੇ। ਫਿਰ ਉਹ ਮਾੜਾ ਦਿਨ ਵੀ ਆਇਆ ਜਿਸ ਨੇ ਇਹ ਸੰਸਾਰ ਨੂੰ ਹਮੇਸ਼ਾ ਲਈ ਖੋਲ੍ਹਿਆ। 16 ਫਰਵਰੀ 1991 ਨੂੰ 48 ਸਾਲ ਦੀ ਉਮਰ 'ਚ ਦਿਦਾਰ ਸੰਧੂ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਉਹਨਾਂ ਦੀ ਮੌਤ ਦੇ ਕਾਰਨ ਦੀ ਗੱਲ ਕੀਤੀ ਜਾਵੇ ਤਾਂ ਉਹ ਦਾਰੂ ਪੀਣ ਦੇ ਆਦੀ ਸੀ, ਜਿਸ ਕਰਕੇ ਉਹਨਾਂ ਦੀ ਸਿਹਤ ਵਿਗੜੀ ਅਤੇ ਸਿਹਤ ਖਰਾਬ ਹੋਣ 'ਤੇ ਉਹਨਾਂ ਨੂੰ ਲੁਧਿਆਣਾ ਦੇ DMC ਹੋਸਪਿਟਲ 'ਚ ਦਾਖਲ ਕਰਵਾਇਆ ਗਿਆ, ਪਰ ਉਹ ਬਚ ਨਾ ਸਕੇ ਅਤੇ ਛੋਟੀ ਉਮਰ 'ਚ ਹੀ ਇਹ ਮਹਾਨ ਕਲਾਕਾਰ ਸਭ ਤੋਂ ਦੂਰ ਹੋ ਗਿਆ। ਇਹ ਸੀ ਦਿਦਾਰ ਸੰਧੂ ਜੀ ਬਾਰੇ ਜਾਣਕਾਰੀ, ਜਿਨ੍ਹਾਂ ਨੇ ਬਹੁਤ ਹੀ ਸੁਪਰਹਿੱਟ ਗੀਤ ਪੰਜਾਬੀ ਦਰਸ਼ਕਾਂ ਨੂੰ ਦਿੱਤੇ, ਜਿਨ੍ਹਾਂ ਨੂੰ ਕਿ ਹੁਣ ਤੱਕ ਸੁਣਿਆ ਜਾਂਦਾ ਹੈ। ਅਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਇਹ ਜਾਣਕਾਰੀ ਪਸੰਦ ਆਈ ਹੋਣੀ ਹੈ।
ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟਸ ਰਾਹੀਂ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਅਤੇ ਨਾਲ ਹੀ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰ ਦਿਓ। ਇਸ ਜਾਣਕਾਰੀ ਤੋਂ ਇਲਾਵਾ ਜੇ ਤੁਹਾਡੇ ਕੋਲ ਵੀ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਹੈ ਤਾਂ ਵੀ ਜ਼ਰੂਰ ਸਾਂਝੀ ਕਰਿਓ। ਅੱਜ ਦੀ ਵੀਡੀਓ 'ਚ ਸਿਰਫ ਇੰਨਾ ਹੀ, ਮਿਲਦੇ ਹਾਂ ਅਗਲੀ ਵੀਡੀਓ 'ਚ ਇੱਕ ਨਵੀਂ ਜਾਣਕਾਰੀ ਦੇ ਨਾਲ। ਉਦੋਂ ਤੱਕ ਜੁੜੇ ਰਹੋ ਚੈਨਲ ਦੇ ਨਾਲ। ਚੈਨਲ ਅਪਡੇਟਸ ਲਈ ਪੰਜਾਬੀ ਮੂਵੀਜ਼ ਅੱਡਾ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਪਹਿਲਾਂ ਨੋਟੀਫਿਕੇਸ਼ਨ ਲੈਣ ਲਈ ਬੈੱਲ ਆਈਕਨ 'ਤੇ ਪ੍ਰੈਸ ਕਰੋ।